हर हाथ विच फोन फोना दे विच राज ने इको दिल कई थावे वंडे रवाज ने शनिवार सौखा लंगे ताही ताले आज ने नीता विच कुलियां ते सिराय उत्ते ताज ने म्यूजिक दा मतलब थोड़े जी फैमिली दी गल करिया ना हांजी फैमिली दे विच सारे बैंकिंग लाइन दे विच हां हांजी हांजी तुसी म्यूजिक वाले पासे आए कि तेरी ऐसी साईयां नजर पई साडे हर थां ते फिर कदर पई स्टडी कर लो वैसे अजकल दे सिंगरां दी गल करे तां बस मतलब थोड़ी आवाज च कहंदे वी गाना आना चाहिदा स्टडी च की रखो हौसला बस एक पॉजिटिविटी नाल जुड़े रहो अपने रब नाल जुड़े रहो ते जे तुसी सब तो पहला तो उन चीज़ों जुड़े हुए ना किसी पॉजिटिव चीज़ ना जुड़े हो तो मैं नहीं लगता थोड़ा कोई हरा सकता। सत श्री अकाल जी स्वागत है सारे का मैं थोड़ा अपना गुरतेज सिंह औलख सो अज एक खास मुलाकात लैके आए हैं भी एक कुड़ी दे नाल सो कुड़ी की आवाज़ थोड़ा जरूर सुना लावे और उस तो बाद गला बातें करा पहला तो फ्यू थोड़ा कोई गाना पहला गाना हो जाए फिर आप उस तो बाद कंटिन्यू कर लें जिमें अजकल दे समय च जो माहौल चल रहा है उहदे रिलेटेड मैं चार लाइना तुहानूं सुनाऊंगी। हर हाथ विच फोन फोना दे विच राज ने इको दिल कई थावे वंडे रवाज ने शनिवार सौखा लंगे ताही ताले आज ने नीता विच कुलियां ते सिरां उत्ते ताज ने दो सज्जणा दी थोड़ी बहुती विगड़े आके बगाना कोई मौका दब जे जीदी जीदी लगी आवे जाग दे रे ओ राता नू गवाचे किथे यार लब दे जीदी जीदी लगी आवे जाग दे रे ओ राता नू गवाचे किथे यार लब दे। क्या बात है पीओ वैसे कितो दे रहन वाले मैं बेसिकली लुधियाना तो फिर स्टडी नाल किवें गा स्टडी मेरी मास्टर्स लुधियाना दी है मास्टर्स म्यूजिक च कीती है मैं ਇੱਥੇ ਸੀਗਾ ਵੀ ਪੀ ਐੱਚ ਡੀ ਲਈ ਯੂਨੀਵਰਸਿਟੀ ਲਈ ਮੈਂ ਆਈ ਸੀਗੀ ਬਸ ਹੁਣ ਫਰਦਰ ਉਹੀ ਅੱਗੇ ਮਿਊਜ਼ਿਕ ਦਾ ਮਤਲਬ ਤੁਹਾਡੇ ਜੇ ਫੈਮਿਲੀ ਦੀ ਗੱਲ ਕਰੀਏ ਨਾ ਹਾਂਜੀ ਫੈਮਿਲੀ ਦੇ ਵਿੱਚ ਸਾਰੇ ਬੈਂਕਿੰਗ ਲੈਣ ਦੇ ਵਿੱਚ ਹਾਂ ਹਾਂਜੀ ਹਾਂਜੀ ਤੁਸੀਂ ਮਿਊਜ਼ਿਕ ਵਾਲੇ ਪਾਸੇ ਆਏ ਕਿੱਦਾਂ ਕਿਹਨੂੰ ਦੇਖ ਕੇ ਕਿਹਾ ਵੀ ਨਹੀਂ ਸ਼ਾਇਦ ਮੈਨੂੰ ਜਾਣਾ ਚਾਹੀਦਾ ਮੈਂ ਬਚਪਨ ਤੋਂ ਹੀ ਮੇਰੇ ਜੋ ਦਾਦਾ ਜੀ ਆ ਉਹ ਗੁਲਾਮ ਅਲੀ ਖਾਨ ਸਾਹਿਬ ਨੂੰ ਸੁਣਦੇ ਹੁੰਦੇ ਸੀਗੇ ਅਤੇ ਉਹਨਾਂ ਨੇ ਜਿਵੇਂ ਉਹਨਾਂ ਦੀ ਗਜ਼ਲਜ਼ ਲਗਾਈ ਹੁੰਦੀ ਸੀਗੀ ਸਾਡੇ ਇੱਕ ਸੀਗਾ ਸੀ ਡੀ ਪਲੇਅਰ ਜਿਹੜਾ ਹੁੰਦਾ ਨਾ ਉਹਦੇ 'ਚ ਲੱਗੀਆਂ ਹੁੰਦੀਆਂ ਸੀਗੀ ਅਤੇ ਮੈਂ ਕਾਫੀ ਉਦੋਂ ਛੋਟੀ ਸੀਗੀ ਅਤੇ ਮੈਂ ਉਹਨਾਂ ਨੂੰ ਸੁਣਨਾ ਅਤੇ ਬਾਕੀ ਮੇਰੀ ਸਾਰੀ ਫੈਮਿਲੀ ਅੱਛੇ ਸਿੰਗਰਸ ਨੂੰ ਸੁਣਦੀ ਆ ਜਿਵੇਂ ਕਿ ਆਪਣੇ ਹੈ ਨਾ ਅਤੇ ਬਸ ਫਿਰ ਉੱਧਰੋਂ ਹੀ ਮੈਨੂੰ ਥੋੜ੍ਹਾ ਹੋਣ ਲੱਗ ਗਿਆ ਫਿਰ ਮੈਂ ਸਕੂਲ ਟਾਈਮ 'ਚ ਵੀ ਗਾਣਾ ਬਸ ਹੌਲੀ 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 ਸਟੱਡੀ ਕਰਦੇ ਕਰਦੇ ਤੁਹਾਡਾ ਨਾਮ ਕਿਹਨੇ ਰੱਖਿਆ ਹੋਇਆ ਪੀ ਨਾਮ ਬਸ ਕਰਦਿਆਂ ਨੇ ਹੀ ਰੱਖਿਆ ਬਾਕੀ ਫਰੈਂਡਸ ਇਸ ਨਾਮ ਤੋਂ ਬੁਲਾਉਂਦੇ ਸੀਗੇ ਨਿਕਨੇਮ ਤੋਂ ਅਗਲਾ ਬੰਦਾ ਪਹਿਲਾਂ ਕਹਿੰਦਾ ਵੀ ਬੈਂਕਿੰਗ ਵਾਲੇ ਪਾਸੇ ਚਾਰ ਪੈਸੇ ਹੈਗੇ ਨੇ ਕਿਉਂ ਤੇ ਉਧਰ ਟਾਈਮ ਕਿਉਂ ਐਵੇਂ ਵੇਸਟ ਕਰਨਾ ਇਹ ਤਾਂ ਹੈ ਮਤਲਬ ਕਿ ਸਿੰਗਿੰਗ ਨੂੰ ਲੈ ਕੇ ਥੋੜਾ ਕਰਦੇ ਨੇ ਕਿਉਂਕਿ ਇੰਡਸਟਰੀ ਆਪਣੀ ਥੋੜੀ ਜੀ ਇੱਦਾਂ ਦੀ ਹੈ ਨਾ ਕਿ ਮਿਊਜ਼ਿਕ ਹੋ ਗਿਆ ਚਾਹੇ ਡਾਂਸ ਹੋ ਗਿਆ ਥੀਏਟਰ ਲਾਈਨ ਨੂੰ ਵੀ ਸਭ ਤੋਂ ਪਹਿਲਾਂ ਕੁੜੀ ਲਈ ਤਾਂ ਕਹਿ ਦਿੰਦੇ ਆ ਵੀ ਨਹੀਂ ਯਾਰ ਸਹੀ ਨਹੀਂ ਹੈਗੀ ਬਟ ਇੱਦਾਂ ਕੁਛ ਨਹੀਂ ਆ ਅਗਰ ਆਪਾਂ ਸਟੱਡੀ ਕੀਤੀ ਆਪਾਂ ਨੂੰ ਹਰ ਚੀਜ਼ ਦੀ ਨੌਲੇਜ ਆ ਪਹਿਲੀ ਗੱਲ ਤਾਂ ਬੰਦਾ ਆਪ ਸਹੀ ਹੋਣਾ ਚਾਹੀਦਾ ਫਿਰ ਸਾਰੀ ਦੁਨੀਆ ਸਹੀ ਹੈ ਹੈ ਨਾ ਬਾਕੀ ਵੈਸੇ ਮੇਰੇ ਪੇਰੈਂਟਸ ਨੇ ਕਦੇ ਨਹੀਂ ਰੋਕਿਆ ਮੈਨੂੰ ਲਾਈਨ 'ਚ ਆਉਣ ਤੋਂ ਉਹਨਾਂ ਨੂੰ ਇਹ ਸੀਗਾ ਵੀ ਨਾਲ ਨਾਲ ਸਟੱਡੀ ਵੀ ਕਰ ਵੀ ਇਹ ਨਹੀਂ ਕਿ ਤੂੰ ਸਿੰਗਿੰਗ ਲਈ ਚੁਣ ਲਿਆ ਇਹਨੂੰ ਤਾਂ ਉਹਨੂੰ ਆਪਣੀ ਸਟੱਡੀ ਨੂੰ ਨਾਲ ਛੱਡ ਦੇ ਹੈ ਨਾ ਅਤੇ ਬਸ ਉਹਨਾਂ ਦੇ ਕਹਿਣ ਤੱਕ ਕਿ ਮੈਂ ਸਟੱਡੀ ਵੀ ਅੱਜ ਤੱਕ ਕਰੀ ਜਾ ਰਹੀ ਹਾਂ ਔਰ ਸਿੰਗਿੰਗ ਦਾ ਵੀ ਆਪਣੇ ਨਾਲ ਨਾਲ ਦੇਖ ਰਹੀ ਹਾਂ ਅੱਛਾ ਪੀਓ ਤੁਸੀਂ ਸਭ ਤੋਂ ਵੱਧ ਕਿਹਨੂੰ ਜ਼ਿਆਦਾ ਸੁਣਦੇ ਮੈਂ ਸੁਣਦੀ ਹਾਂ ਕਮਲ ਖਾਨ ਜੀ ਨੂੰ ਹਾਂ ਹੁਣ ਵਾਲੇ ਸਿੰਗਰਸ 'ਚੋਂ ਮੈਂ ਉਹਨਾਂ ਨੂੰ ਸੁਣਦੀ ਹਾਂ ਬਾਕੀ ਪਾਕਿਸਤਾਨੀ ਆਰਟਿਸਟਾਂ ਨੂੰ ਵੀ ਮੈਂ ਸੁਣਦੀ ਹਾਂ ਗੁਲਾਮ ਅਲੀ ਖਾਨ ਸਾਹਿਬ ਨੂੰ ਵੀ ਨੁਸਰਤ ਸਾਹਿਬ ਨੂੰ ਵੀ ਸਾਰਿਆਂ ਨੂੰ ਸੁਣਦੀ ਹਾਂ ਜੋ ਵੀ ਅੱਛੇ ਆਰਟਿਸਟ ਸੀਗੇ ਜੇ ਇਹਨਾਂ ਦੇ ਵਿੱਚੋਂ ਗਾਣਾ ਚੂਜ਼ ਕਰਨਾ ਹੋਵੇ ਜਾਂ ਪਾਕਿਸਤਾਨੀ ਸਿੰਗਰ ਦੇ ਵਿੱਚ ਜਾਂ ਪੰਜਾਬ 'ਚ ਤੂੰ ਕਿਹੜਾ ਬੈਸਟ ਚੂਜ਼ ਕਰੋਗੇ ਮੈਂ ਕਮਲ ਖਾਨ ਜੀ ਦਾ ਅੱਛਾ ਚਲੋ ਫਿਰ ਉਹਨਾਂ ਦਾ ਗਾਣਾ ਆਪਣਿਆਂ ਨੇ ਮੁੱਖ ਮੋੜ ਲਏ ਸੀ ਰਿਸ਼ਤੇ ਨਾਤੇ ਤੋੜ ਲਏ ਸੀ ਤੂੰ ਐਸਾ ਮੇਰਾ ਹੱਥ ਫੜਿਆ ਫਿਰ ਥੋੜ
कोई ना रही, तेरी ऐसी साया नजर पई, साड़ी हर थां ते फिर कदर पई। अच्छा पीहू, फ्यूचर गोल की हैगा तुहाडा? चलो घरदिआं नाल अलाउ करता भी चलो स्टडी कर लो। वैसे अजकल दे सिंगरां दी गल करिए तां बस मतलब थोड़ी आवाज़ च कहिंदे वी गाउणा आउणा चाहीदा, स्टडी च की रख्या बस गाउणा स्टार्ट कर दिंदे, पर तुसीं मतलब फ्यूचर की सोचा? फ्यूचर मैं एक तां अकैडमी दा अपने करूँगी नाल नाल, जिवें कि मैं पहलां वी तुहानूं कहा सीगा, ते नाल मैं अपने हुण सोंग्स वगैरह भी कर रही हां। हांजी, अच्छा पहला गाना आ रिहा मार्केट दे विच? हांजी हांजी, कदों आ रिहा? ਬਸ ਥੋੜ੍ਹੇ ਦੇਰ 'ਚ ਦੇਖੋਗੇ ਤੁਸੀਂ। ਅੱਛਾ ਵੈਸੇ ਕਿੱਦਾਂ ਦਾ ਗਾਣੇ ਪਸੰਦ ਕਰਦੇ ਤੁਸੀਂ ਗਾਉਣ? ਮੈਨੂੰ ਫੀਲ ਵਾਲੇ ਜ਼ਿਆਦਾ ਅੱਛੇ ਲੱਗਦੇ ਨੇ, ਸੈਡ ਹੋ ਗਿਆ ਜਾਂ ਰੋਮਾਂਟਿਕ ਹੋ ਗਏ, ਬੀਟ ਵੀ ਸੁਣਦੀ ਹਾਂ ਮੈਂ। ਬਟ ਵੈਸੇ ਘਰਦੇ ਨੇ ਕਦੀ ਇਹ ਨਹੀਂ ਕਿਹਾ ਵੀ ਹਾਂ ਵੀ ਜੇ ਹੁਣ ਇੱਦਾਂ ਗਾਣੇ ਕਰਨੇ ਹੋਵੇ ਚੱਲ ਤਾਂ ਸਟੱਡੀ ਕਰ ਲਈ ਠੀਕ ਆ, ਅਕੈਡਮੀ ਤੱਕ ਵੀ ਠੀਕ ਆ, ਜੇ ਗਾਣਾ ਕਰਨਾ ਤਾਂ ਗਾਣਿਆਂ ਦੀ ਲੱਖਾਂ ਖਰਚ ਹੋ ਜਾਂਦੇ ਆ, ਠੀਕ ਆ, ਮਿਊਜ਼ਿਕ ਕਰਾਓ, ਉਹਦੀ ਵੀਡੀਓ ਕਰਾਓ, ਫਿਰ ਇਹ ਸਾਰੇ ਚੀਜ਼ ਨੂੰ ਲੈ ਕੇ ਬਜਟ ਬਹੁਤ ਵੱਡਾ ਬਣ ਜਾਂਦਾ। ਇਹ ਚੀਜ਼ ਨੂੰ ਫੈਮਿਲੀ ਨੇ ਕਦੀ? ਨਹੀਂ ਨਹੀਂ, ਇੱਦਾਂ ਕੁਛ ਨਹੀਂ। ਵੈਸੇ ਓਪਰਚੁਨਿਟੀਜ਼ ਵੀ ਮਿਲਦੀਆਂ ਅਗਰ ਆਪਾਂ ਆਪਣੀ ਫੀਲਡ 'ਚ ਆਪਣਾ ਅੱਛਾ ਦੇ ਰਹੇ ਹਾਂ ਨਾ, ਬੈਸਟ ਦੇ ਰਹੇ ਹਾਂ, ਤਾਂ ਬਹੁਤ ਸਾਰੀ ਕੰਪਨੀਜ਼ ਇੱਦਾਂ ਦੀਆਂ ਜੋ ਆਪਾਂ ਨੂੰ ਹੈ ਨਾ ਅੱਗੇ ਆ ਕੇ ਸਪੋਰਟ ਕਰਦੀਆਂ ਨੇ, ਅਤੇ ਖਾਸ ਕਰ ਗਰਲਜ਼ ਨੂੰ ਇਸ ਲਾਈਨ 'ਚ ਮੈਂ ਇਹ ਚੀਜ਼ ਮੰਨਦੀ ਹਾਂ ਕਿ ਬੋਇਜ਼ ਦਾ ਕਾਫੀ ਹਾਰਡ ਕੰਪੀਟੀਸ਼ਨ ਆ, ਅਤੇ ਗਰਲਜ਼ ਵਿੱਚੋਂ ਜੇ ਅਗਰ ਕਿਸੇ ਦੀ ਵੋਕਲ ਅੱਛੀ ਆ ਤਾਂ ਸਪੋਰਟ ਕਰਦੇ ਨੇ ਕਾਫੀ ਜਣੇ, ਔਰ ਆਪਣੀ ਯੂਨੀਵਰਸਿਟੀ ਦਾ ਬੈਸਟ ਪਲੇਸ ਆ ਇਸ ਚੀਜ਼ ਲਈ, ਇੱਥੇ ਕਾਫੀ ਸਾਰੀ ਓਪਰਚੁਨਿਟੀਜ਼ ਮਿਲ ਜਾਂਦੀ ਹੈ। ਅੱਛਾ ਮਤਲਬ ਕਿਹੜੀ ਕਿਹੜੀ ਕਿਤੇ ਫੈਮਿਲੀ ਦੇ ਵਿੱਚ ਗਾਉਣ ਨੂੰ ਪ੍ਰੋਗਰਾਮ ਮਿਲਿਆ ਹੋਵੇ, ਕਿਤੇ ਕਿਹਾ ਵੀ ਨਹੀਂ ਵੀ ਆਪਣਾ ਹੁਣ ਲਾਈਵ ਕਿਸੇ ਨੂੰ ਸੱਦਣਾ ਨਹੀਂ, ਬਸ ਪੀਹੂ ਹੀ ਆਪਣਾ ਲਾਈਵ ਸ਼ੋਅ ਲਾਊਗਾ? ਨਹੀਂ ਨਹੀਂ, ਇੱਦਾਂ ਤਾਂ ਕੁਛ ਨਹੀਂ। ਐਕਚੁਅਲ 'ਚ ਮੇਰੇ ਘਰ ਦੇ ਸਾਰੇ ਰਾਧਾ ਸਵਾਮੀ ਨੇ। ਹਾਂਜੀ, ਅਤੇ ਮਹਿਫਲ ਤਾਂ ਕਿਤੇ ਨਾ ਕਿਤੇ ਘਰ 'ਚ ਲੱਗਦੀ ਹੋਊਗੀ। ਹਾਂ ਵੀ ਨਹੀਂ, ਵੈਸੇ ਹਾਂ ਜੇ ਕੋਈ ਮਤਲਬ ਰਿਲੇਟਿਵਸ ਆ ਜਾਂਦੇ ਨੇ ਜਿਵੇਂ ਮੇਰੇ ਚਾਚੂ ਨਹੀਂ ਆਉਂਦੇ ਹੁੰਦੇ ਨੇ, ਤਾਂ ਫਿਰ ਉਦੋਂ ਉਹ ਕਹਿੰਦੇ ਹੁੰਦੇ ਲਿਆਓ ਚੱਕੇ ਵੱਜ ਬਿਠਾਓ ਇਹਨੂੰ ਗਾਓ, ਫਿਰ ਉਦੋਂ ਅਸੀਂ। ਅੱਛਾ ਪੀਹੂ, ਜਿਵੇਂ ਅੱਜ ਕੱਲ੍ਹ ਤੁਸੀਂ ਆਪਾਂ ਸਟਾਰਟਿੰਗ 'ਚ ਜ਼ਿਕਰ ਕੀਤਾ ਸੀ ਹੈ ਨਾ ਵੀ ਫੈਮਿਲੀ ਬਹੁਤ ਘੱਟ ਅਲਾਓ ਕਰਦੀ ਹੈ ਇਹਨਾਂ ਚੀਜ਼ਾਂ ਨੂੰ, ਬਟ ਕਈ ਕੁੜੀਆਂ ਦੇ ਅੰਦਰ ਦਿਲ ਦੇ ਵਿੱਚ ਚਾਹਤ ਹੈਗੀ ਆ, ਪਰ ਉਹ ਫੈਮਿਲੀ ਕਰਕੇ ਜਾਂ ਥੋੜ੍ਹਾ ਜਿਹਾ ਸਮਾਜ ਕਰਕੇ ਉਹ ਅੱਗੇ ਨਹੀਂ ਆਉਂਦੀਆਂ, ਮਤਲਬ ਆਪਣੇ ਅਰਮਾਨ ਜਿਹੜੇ ਗਾਉਣ ਦੇ ਹੁੰਦੇ ਨੇ ਵੀ ਬਸ ਆਪਣੇ ਕਮਰੇ ਤੱਕ ਸੀਮਤ ਰੱਖ ਲੈਂਦੇ, ਸੋ ਉਹਨਾਂ ਨੂੰ ਕੀ ਮੈਸੇਜ ਕੀ ਆ ਉਹਨਾਂ ਦੀ ਫੈਮਿਲੀ ਨੂੰ? ਔਰ ਉਹਨਾਂ ਫੈਮਿਲੀ ਨੂੰ ਤਾਂ ਇਹੀ ਮੈਸੇਜ ਆ ਕਿ ਉਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ, ਹੈ ਨਾ, ਅਗਰ ਆਪਾਂ ਨਹੀਂ ਫੈਮਿਲੀ ਨਹੀਂ ਸਪੋਰਟ ਕਰੂਗੀ ਫਿਰ ਉਹਨੂੰ ਦੁਨੀਆ 'ਚ ਕੋਈ ਵੀ ਨਹੀਂ ਸਪੋਰਟ ਕਰ ਸਕਦਾ, ਫਿਰ ਦੁਨੀਆ ਤਾਂ ਦਬਾਉਂਦੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ, ਹੈ ਨਾ, ਇਸ ਲਈ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਨੂੰ ਹੀ ਆਪਣੇ ਸਪੋਰਟ ਕਰਨੀ ਚਾਹੀਦੀ ਆ। ਜੇ ਮੇਰੇ ਪੇਰੈਂਟਸ ਦੀ ਸਪੋਰਟ ਸੀਗੀ ਤਾਂ ਹੀ ਮੈਂ ਅੱਜ ਤੱਕ ਇੰਨਾ ਕੁਛ ਕਰ ਸਕੀ ਹਾਂ ਨਾ, ਪੜ੍ਹ ਸਕੀ ਹਾਂ ਜਾਂ ਜਿਵੇਂ ਵੀ ਆ, ਹੈ ਨਾ। ਸੋ ਵੀ ਜਾਂਦੀ ਯਾਰ, ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਵੀ ਚਾਹੇ ਜਿਹੜੀ ਤੁਸੀਂ ਫੀਲਡ ਚੁਣਦੀ ਆ, ਹਾਂਜੀ, ਇਹਦੇ 'ਚ ਤਾਂ ਨਾ ਇੱਕ ਮਿਹਨਤ ਬਹੁਤ ਆ, ਹਾਂਜੀ, ਠੀਕ ਹੈ, ਫਿਰ ਇਹਦੇ 'ਚ ਕਹਿ ਲਓ ਵੀ ਲੱਤਾਂ ਖਿੱਚਣ ਵਾਲੇ ਬਹੁਤ ਆ, ਸਟਰਗਲ ਬਹੁਤ ਜ਼ਿਆਦਾ, ਸੋ ਕਿਵੇਂ ਫਿਰ ਹੌਸਲਾ ਕਿੱਦਾਂ ਦਿੰਦਾ? ਹੌਸਲਾ ਬਸ ਇੱਕ ਪੋਜ਼ਿਟਿਵਿਟੀ ਨਾਲ ਜੁੜੇ ਰਹੋ, ਆਪਣੇ ਰੱਬ ਨਾਲ ਜੁੜੇ ਰਹੋ, ਅਤੇ ਜੇ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਚੀਜ਼ਾਂ ਨਾਲ ਜੁੜੇ ਹੋਏ ਨਾ, ਕਿਸੇ ਪੋਜ਼ਿਟਿਵ ਚੀਜ਼ ਨਾਲ ਜੁੜੇ ਹੋ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਹਰਾ ਸਕਦਾ। ਦੂਸਰਾ, ਆਪਣੀ ਫੀਲਡ ਨੂੰ ਜ਼ਰੂਰ ਕੰਮ ਦਿਓ, ਮਤਲਬ ਸੋਰੀ ਟਾਈਮ ਦਿਓ ਆਪਣੀ ਫੀਲਡ ਨੂੰ ਜ਼ਰੂਰ, ਜੇ ਆਪਾਂ ਆਪਣੇ ਕੰਮ ਨੂੰ ਲੈ ਕੇ ਲੋਇਲ ਨਹੀਂ ਹੈ ਨਾ, ਤਾਂ ਫਿਰ ਸ਼ਾਇਦ ਪਰਮਾਤਮਾ ਵੀ ਸਾਥ ਨਹੀਂ ਦਿੰਦਾ, ਹੈ ਨਾ। ਸੋ ਬਿਲਕੁਲ ਜੀ, ਹਮੇਸ਼ਾ ਕੋਸ਼ਿਸ਼ ਕਰੀਦੀ ਆ ਕੁਝ ਵੱਖਰਾ ਲੈ ਕੇ, ਪਰ ਅੱਜ ਪੀਹੂ ਨਾਲ ਮੁਲਾਕਾਤ ਕਰਵਾਈ ਸੀ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਕੁਝ ਬਦਲਦਾ ਜਾਂਦਾ, ਸੋ ਉਸੇ ਤਹਿਤ ਹੀ ਸੋਚਿਆ ਸੀ ਵੀ ਇੱਕ ਖੂਬਸੂਰਤ ਆਵਾਜ਼ ਤੁਹਾਡੇ ਰੂਬਰੂ ਪੇਸ਼ ਕੀਤੀ ਜਾਵੇ ਕਿ ਆਖਰ ਬਾਕੀ ਕੁੜੀਆਂ ਨੂੰ ਇਹਨਾਂ ਤੰਗੀਆਂ ਪੇਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ, ਬਟ ਜਦੋਂ ਤੁਹਾਡੇ ਫੈਮਿਲੀ ਔਰ ਤੁਹਾਡਾ ਇਰਾਦਾ ਪੱਕਾ ਹੋਵੇ ਤਾਂ ਤੁਸੀਂ ਇੱਕ ਦਿਨ ਜਿਹੜਾ ਜ਼ਰੂਰ ਕਾਮਯਾਬ ਹੁੰਦੇ ਹੋ। ਸੋ ਮੈਨੂੰ ਤਾਂ ਆਜ਼ਾਦ ਕੈਮਰਾਮੈਨ ਗੁਰਦੇ ਨਾਲ ਪੁੱਛੇ ਸੀ।